ਤੇ ਉਧਰ ਪਠਾਨਕੋਟ ਪੁਲਿਸ ਨੇ ਵੀ ਬੀਤੇ ਦਿਨੀ ਜੰਮੂ ਦੇ ਵਿਜੈਪੁਰ ਦੇ ਅੱਡਾ ਠੰਡੀ ਕੁਹੀ ਨਜ਼ਦੀਕ ਹੋਈ ਕਾਰ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਚੋਰੀ ਦੀ ਟਵੇਰਾ ਗੱਡੀ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਕਿਰਾਏ ਤੇ ਗੱਡੀ ਲੈ ਕੇ ਜਾਣ ਤੋਂ ਬਾਅਦ ਡਰਾਈਵਰ ਨੂੰ ਡਰਾ ਧਮਕਾ ਕੇ ਗੱਡੀਆਂ ਲੁੱਟਦੇ ਸਨ। ਇੱਕ ਵਿਰੋਧ ਸੀਗਾ ਜਿਹੜਾ ਕਿ ਅਪੀਲ ਕਰਦਾ ਸੀਗਾ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵਿੱਚ ਇਹ ਗੱਡੀਆਂ ਜੰਮੂ ਕਸ਼ਮੀਰ ਦੇ ਵਿੱਚ ਕਿਉਂ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਆ ਕੇ ਵੇਚਦੇ ਹਨ। ਇਹ ਇਸ ਲੜੀ ਦੇ ਵਿੱਚ ਇਹਨਾਂ ਨੇ ਦੋ ਗੱਡੀਆਂ ਦਾ ਦਖਲੀਆਂ ਹਨ। ਇੱਕ ਬੰਦਾ ਠੀਕ ਕੋਈ ਸੀ ਵਿਜੈਪੁਰ ਥਾਣਾ ਕਰਦਾ ਸੀਗਾ ਜੰਮੂ ਦੇ ਵਿੱਚ ਉੱਥੇ, ਅਤੇ ਇੱਕ ਉਸ ਤੋਂ ਬਾਅਦ ਇਹਨਾਂ ਗੱਡੀ ਜਿਹੜੀ ਹੈਗੀ ਹੈ ਉਹ 17 ਦੀ ਹੋਈ ਸੀ ਟਵੇਰਾ ਵਾਈਟ ਕਲਰ ਦੀ, ਅਤੇ ਉਹ ਲੈ ਕੇ ਉਸ ਟਾਈਮ ਦੇ ਉੱਪਰ ਜਿਹੜਾ ਅਲਰਟ ਜਾਰੀ ਹੋਇਆ ਸੀਗਾ ਉਸ ਅਲਰਟ ਦੇ ਤਹਿਤ ਆਪਣਾ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਫੜਿਆ ਹੈਗਾ। ਇਹਨਾਂ ਨੇ ਕਹਿੰਦੇ ਕਿ ਜਿਹੜੀ ਗੱਡੀ ਉੱਥੇ ਖੋਹ ਕੀਤੀ ਗਈ ਸੀ ਉਹ ਰਿਕਵਰ ਹੋਈ ਹੈ, ਅਤੇ ਇਸ ਤੋਂ ਇਲਾਵਾ ਇਹਨਾਂ ਤੋਂ ਪਤਾ ਤਫਤੀਸ਼ ਕਰ ਰਹੇ ਕਿ ਕਿੰਨੀਆਂ ਗੱਡੀਆਂ ਇਸ ਤਰੀਕੇ ਨਾਲ ਉਹਨਾਂ ਨੇ ਖੋਹ ਕੀਤੀਆਂ ਜਾਂ ਇਹਨਾਂ ਨੇ ਚੋਰੀ ਕੀਤੀਆਂ।